ਜੀ ਬਮਰਾ ਨਾਨਕ ਜੀ ਆ ਜਾਓ ਤੁਸੀਂ ਵੀ ਚਾਰੇ ਚਾਰੇ ਪੰਜਾਬ ਟੈਂਟ ਹਾਊਸ ਸਮਿਤੀ ਵਾਲਿਆਂ ਦਾ ਦੇਣਾ ਜੀ ਜ਼ਰੂਰ ਦੇਣਾ ਜੀ ਵਾਹ ਮਹਾਰਾਜ ਲਓ ਜੀ ਲਖਵਿੰਦਰ ਸਿੰਘ ਸਮਰਾਵਾਂ ਤੇ ਅਮਰੀਕ ਸਿੰਘ ਗਾਲੋਵਾਲ ਸਤਨਾਮ ਸਿੰਘ ਜੀ ਸਾਡੇ ਜੱਟ ਮਚਲਾਵਾ ਬੜਾ ਵੱਡਾ ਜੀ ਸਾਰਾ ਚਾਹ ਪਾਣੀ ਰੋਟੀ ਪਾਣੀ ਦਾ ਸਾਰਾ ਜੀ ਇਹਨਾਂ ਨੇ ਐਰਕੀ ਜੁੰਮਾ ਲੈ ਲਿਆ ਜੀ ਮੈਂ ਬੋਲਿਆ ਜੀ ਜਸਪਾਲ ਸਿੰਘ ਹਾਲੈਂਡ ਤੇ ਪਿੰਕਾ ਸੇਖੋ ਮੈਂ ਦੋਨੋਂ ਨਾਂ ਅੱਗੇ ਬੋਲੇ ਜੀ ਆਓ ਭਾਜੀ ਮੈਂ ਬੱਬੂ ਕਾਲੋ ਬੋਲਿਆ ਜੀ ਪਹਿਲਾਂ ਹੋ ਗਿਆ ਜੀ ਸੁਖਦੇਵ ਸਿੰਘ ਜੀ ਸਰ ਸੁਖਦੇਵ ਸਿੰਘ ਤਕੋਆ ਸਾਹਿਬ ਜੀ ਏਦਾਂ ਨੀ ਬੋਲਣਾ ਭਾਜੀ ਏਦਾਂ ਨੀ ਬੋਲਣਾ ਸੁਖਦੇਵ ਸਿੰਘ ਜੀ ਸਰਪੰਚ ਗੁਰਮੀਤ ਸਿੰਘ ਜੀ ਚੌਲ ਚੱਕ ਸੁਖਦੇਵ ਸਿੰਘ ਦਗੋਆ ਤੁਸੀਂ ਚਲੋ ਜੀ ਲਓ ਦਗੋਆ ਸਾਹਿਬ ਦਾ ਜੀ ਸੁਖਦੇਵ ਸਰਦਾਰ ਵਸਨ ਸਿੰਘ ਜੀ ਭੋਮਾ ਭਾਜੀ ਦੋ ਬਲਕਾ ਮੈਂ ਦਿੱਤਾ ਜੀ ਸਰਦਾਰ ਇਸ਼ਪਾਲ ਸਿੰਘ ਨੇ ਇਹਨਾਂ ਦਾ ਨਾਂ ਹਾਲੈਂਡ ਇੱਕ ਪਿੰਕਾ ਸੇਖੋ ਜਿਹੜਾ ਉਹ ਪਿੰਕ ਉਹ ਜੀ ਉਹ ਵੀ ਚੱਲ ਗਿਆ ਜੀ ਚਲੋ ਵਸਨ ਸਿੰਘ ਜੀ ਸਰਪੰਚ ਭੋਮਾ ਬੋਜਾ ਹਰਵਿੰਦਰ ਸਿੰਘ ਜੀ ਸਰਪੰਚ ਕੌੜੇ ਤੁਹਾਡੀ ਕੋਈ ਨੀ ਬਦਲ ਸਰਦਾਰ ਜਸਪਾਲ ਸਿੰਘ ਜੀ ਪੇਰੋ ਸ਼ਾਹ ਅਮਨ ਸਾਡੇ ਅਮਨਵੀਰ ਜੀ ਕੋਚ ਸਾਹਿਬ ਸਾਡੇ ਜੀ ਰਾਜਨਵੀਰ ਦੇ ਭਾਈ ਸਾਹਿਬ ਸਾਡੇ ਜਿਹੜੇ ਟੀਮ ਲੈ ਕੇ ਆਏ ਜੀ ਅਮਨ ਉਹਨਾਂ ਦਾ ਜੀ ਬੋਲਤਾ ਜੀ ਬਾਰ ਬਾਰ ਨਾ ਤੁਸੀਂ ਪੰਜਾਬ ਟੈਂਟ ਹਾਊਸ ਮੈਂ ਬੋਲਿਆ ਜੀ ਦੋ ਤਿੰਨ ਵਾਰੀ ਆਓ ਲੈ ਲਓ ਜੀ ਅਮਰੀਕ ਸਿੰਘ ਸਲਾਹਪੁਰ ਉਹਨਾਂ ਨੂੰ ਅਸੀਂ ਛੱਡਦੇ ਥੋੜ੍ਹਾ ਜੀ ਅਮਰੀਕ ਸਿੰਘ ਸਲਾਹ ਪੰਜਾਬ ਟੈਂਟ ਹਾਊਸ ਵਾਲੇ ਜੀ ਆ ਸਾਰਾ ਜੀ ਪਹਿਲੀ ਵਾਰੀ ਇਹਨਾਂ ਲਾਇਆ ਜੀ ਸਾਰਾ ਅਮਰੀਕ ਸਿੰਘ ਸਲਾਹਪੁਰ ਜੀ ਪਛੋੜਾ ਸਿੰਘ ਸੰਮਤੀ ਮੈਂਬਰ ਪ੍ਰੀਤਮ ਸਿੰਘ ਜੀ ਸਰਪੰਚ ਦਕੋਆ ਸਰਦਾਰ ਹਰਜੀਤ ਸਿੰਘ ਸਪੇਨ ਅਠਵਾਲ ਬੋਲਤਾ ਭਾਜੀ ਹਾਂਜੀ ਅੱਗੇ ਬੋਲੋ ਪੰਡਾ ਸਾਹਿਬ ਬੋਲੋ ਅੱਗੇ ਅੱਗੇ ਬੋਲੋ ਜੀ ਪੰਜਾਬ ਜੋਗਾ ਸਿੰਘ ਜੀ ਤੁਸੀਂ ਨਾ ਰਹਿ ਜਾਓ ਲੈ ਲਓ ਗੋਲਡੀ ਐਸ ਐਚ ਓ ਜਰਨੈਲ ਸਿੰਘ ਜੀ ਕਾਲੋ ਆ ਜਾਓ ਮਹਾਰਾਜ ਪੱਪੂ ਆ ਜੀ ਪੱਪੂ ਰਾਜਪੂਤ ਜੀ ਸਾਡੇ ਵੀਰ ਜੀ ਆਓ ਆ ਜਾਓ ਪੱਪੂ ਰਾਜਪੂਤ ਜੀ ਆਓ ਮਹਾਰਾਜ ਟੈਂਟ ਹਾਊਸ ਬੋਲਿਆ ਜੀ ਚਾਰ ਵਾਰੀ ਬੋਲਿਆ ਜੀ ਉਹ ਲੈਣ ਆਪਣਾ ਲੈ ਲਿਆ ਠੇਕੇਦਾਰ ਸਤਿੰਦਰ ਸਿੰਘ ਜੀ
ਮੰਗਲ ਸਿੰਘ ਸਦਵਾ ਆਏ ਜੀ, ਮੰਗਲ ਸਿੰਘ ਸਦਵਾ ਸਾਡੇ ਵੀਰ ਜੀ। ਭਾਜੀ ਹਰਜੀਤ ਸਿੰਘ ਸਪੇਨ ਜਿੱਥੇ ਵੀ ਆੜੀ ਵਾਰ ਨੂੰ ਸੁਣਦੇ ਹੋ ਨਾ ਆਪਣਾ ਸਨਮਾਨ ਲੈਣ ਜੀ। ਮੰਗਲ ਸਿੰਘ ਸਦਵਾ ਜੀ ਰੈਫਰੀ ਸਾਹਿਬਾਨ ਸਾਰੇ ਆਉਣ ਜੀ, ਰੈਫਰੀ ਸਾਹਿਬਾਨ ਸਾਰੇ ਆ ਜਾਣ। ਸਰਦਾਰ ਸੰਤੋਖ ਸਿੰਘ ਜੀ ਮਧਰੇ, ਮੈਂ ਜੀ ਸਾਰੇ ਤੁਸੀਂ ਨਾ ਬੋਲੀ ਜਾਓ ਮੈਂ ਬੋਲੀ ਜਾ। ਰੈਫਰੀ ਸਾਹਿਬ ਜਿਹੜੇ ਫੁੱਟਬਾਲ ਦੇ ਆ ਜੀ, ਜੁਗਰਾਜ ਸਿੰਘ ਕਿੱਥੇ ਆ ਜੀ, ਆਏ ਜੀ ਫੁੱਟਬਾਲ ਦੇ ਰੈਫਰੀ ਜੁਗਰਾਜ ਸਿੰਘ, ਅਜੇਪਾਲ ਸਿੰਘ, ਹੋਰ ਬੋਲੋ ਜੀ ਦੋਨੋਂ ਹੀ, ਕੇਵਲ ਸਿੰਘ ਤਿੰਨ ਹੋ ਗਏ ਜੀ, ਹੋਰ ਬੋਲੋ ਜੀ। ਹਾਂਜੀ ਬਲਕਾਰ ਸਿੰਘ ਹਾਲੈਂਡ, ਬਲਕਾਰ ਸਿੰਘ ਜੀ ਹਾਲੈਂਡ ਵਾਲੇ ਜੀ ਆਓ। ਹਾਂ ਬਾਊ ਪੰਡੋਰੀ ਜੀ ਬੜੀ ਸੇਵਾ ਕੀਤੀ ਜੀ, ਬਾਊ ਪੰਡੋਰੀ ਮੇਰਾ ਵੀਰ, ਉਹ ਜਿੱਥੇ ਵੀ ਹੋਵੇ ਸਨਮਾਨ ਲਵੇ ਜੀ। ਠੇਕੇਦਾਰ ਲਖਬੀਰ ਸਿੰਘ ਜੀ, ਠੇਕੇਦਾਰ ਲਖਬੀਰ ਸਿੰਘ ਭਾਈ ਪੱਤਰਕਾਰ ਵੀਰੋ ਜੇ ਕੋਈ ਤੁਹਾਡਾ ਰਹਿ ਗਿਆ। ਗੁਰਵਿੰਦਰ ਸਿੰਘ ਸੱਚ ਕਹਿ ਰਹੇ ਜੀ, ਇੱਕ ਗੁਰਵਿੰਦਰ ਸਿੰਘ ਅਜੀਤ ਸਮਾਚਾਰ ਪੱਤਰਕਾਰ ਰਹਿ ਗਏ ਮੇਰੇ ਵੀਰ ਜੀ, ਉਹ ਨਾਂ ਦੱਸ ਕੇ ਗਏ ਸੀ, ਉਹ ਵੀ ਲਾ ਲਿਓ। ਆਓ ਜੀ ਹਰਦਿਆਲ ਜੀ ਮਹਾਰਾਜ ਆ ਜਾਓ, ਸ਼ੇਵ ਜੀ ਬੜਾ ਜ਼ੋਰ ਲੱਗਾ ਜੀ ਹਰਦਿਆਲ ਸਿੰਘ ਦਾ, ਸਾਰੇ ਵੀਰਾਂ ਦਾ ਬੜਾ ਜ਼ਰੂਰੀ ਜੀ। ਗੁਰਵਿੰਦਰ ਸਿੰਘ ਜੀ ਡਾਕਟਰ ਕਲਸੀ ਸਾਹਿਬ ਦਾ ਦਿਓ, ਡਾਕਟਰ ਸਤਨਾਮ ਸਿੰਘ ਜੀ ਕਲਸੀ ਪੈਟਰੋਲ ਪੰਪ ਵਾਲੇ, ਉਹ ਬਾਅਦ ਚ ਆਏ ਥੋੜ੍ਹਾ ਜਿਹਾ ਲੇਟ। ਭਾਜੀ ਕੇਵਲ ਜੀ, ਕੇਵਲ ਸਿੰਘ ਜੀ, ਡਾਕਟਰ ਸਤਨਾਮ ਸਿੰਘ ਜੀ ਕਲਸੀ ਦਾ ਲਾਡੀ ਖੱਖ ਜੀ, ਇੱਕ ਮਿੰਟ ਆ ਲੈਣ ਦਿਓ ਜੀ। ਆਪਣੇ ਕਲਸੀ ਸਾਹਿਬ ਦਾ ਉਹ ਜਿਹੜਾ ਉਹ ਜੇ ਆਹ ਲੈ ਲਓ ਜੀ, ਕਲਸੀ ਸਾਹਿਬ ਲਾਡੀ ਖੱਖ ਜੀ, ਲਾਡੀ ਖੱਖ ਜੀ ਕਲਸੀ ਸਾਹਿਬ ਧੰਨਵਾਦ ਜੀ ਤੁਹਾਡਾ। ਇਹ ਦਵਾਈ ਵੀ ਫ੍ਰੀ ਦੇ ਦਿੰਦੇ ਜੀ ਜੇ ਕਿਸੇ ਦੇ ਸੱਟ ਲੱਗ ਜੇ, ਮੇਲੇ ਦੇ ਵਿੱਚ ਵੀ ਇਹਨਾਂ ਬੜੀ ਸੇਵਾ ਕੀਤੀ ਜੀ। ਹੋਰ ਜੀ ਗੋਡੀ ਲਾ ਲਿਆ ਬਈ ਤੂੰ ਗੋਡੀ, ਆ ਜਾ ਗੋਡੀ ਜੋਗਾ। ਗੋਲਡੀ ਜੀ ਇਹ ਸਾਰਾ ਜੀ ਸਾਊਂਡ ਸਿਸਟਮ ਜਿਹੜਾ ਗੋਲਡੀ ਲਾਈਟ ਐਂਡ ਟੈਂਟ ਹਾਊਸ, ਲਓ ਭਾਜੀ ਪ੍ਰਾਈਜ ਲਓ ਜੀ, ਜਿਹੜੇ ਟੀਮ ਜੇਤੂ ਆ ਜੀ, ਬਾਬਾ ਨਾਮਦੇਵ ਸਪੋਰਟਸ, ਬਾਬਾ ਨਾਮਦੇਵ ਕਲੱਬ ਘੁਬਾਣ, ਕਬੱਡੀ ਕਲੱਬ ਘੁਬਾਣ ਜੇਤੂ ਟੀਮ ਆ ਜੀ ਅੱਜ ਦੀ ਕਬੱਡੀ ਦੀ, ਇਹਨਾਂ ਨੂੰ ਇਨਾਮ ਦਿਓ ਜੀ। ਜਸਵੰਤ ਸਿੰਘ ਜੀ ਕਾਲਾ ਜੀ,
ਇਹ ਭਾਜੀ ਪਿੰਡ ਖਜਾਲਾ ਜਿਨ੍ਹਾਂ ਨੇ ਫੁੱਟਬਾਲ ਦੀ ਗਰਾਊਂਡ ਤਿਆਰ ਕੀਤੀ ਆ। ਅੱਗੇ ਬੁਲਾਰ ਸਿੰਘ ਜੀ ਤੁਸੀਂ ਕੋ ਪਿੱਛੇ ਰਹਿ ਗਏ, ਬੁਲਾਰ ਸਿੰਘ ਆਓ ਮੇਰਾ ਵੀਰ ਜੀ, ਤੁਹਾਡਾ ਬੜਾ ਵੱਡਾ ਯੋਗਦਾਨ ਆ। ਬੁਲਾਰ ਸਿੰਘ ਆ ਜਾਓ ਮੇਰਾ ਵੀਰ, ਬੁਲਾਰ ਸਿੰਘ ਜੀ, ਇਹ ਕੇਵਲ ਸਿੰਘ ਜੀ ਸਦਾ ਬੁਲਾਰ ਸਿੰਘ ਦਾ ਇਹਨਾਂ ਦਾ ਇਹ ਜੀ ਬੁਲਾਰ ਸਿੰਘ ਜੀ ਆਪਣੇ ਪੰਜਾਬ ਪੁਲਿਸ ਦੇ ਵਿੱਚ ਇੱਥੇ ਇਹ ਬਤੌਰ ਸਿਪਾਹੀ ਆ ਜੀ, ਵੈਰਲੈਸ ਦੇ ਵਿੱਚ ਹੌਲਦਾਰ ਬਣ ਗਏ ਜੀ। ਇਹਨਾਂ ਦਾ ਬੜਾ ਵੱਡਾ ਯੋਗਦਾਨ ਇੱਥੇ ਜੀ, ਬਹੁਤ ਹੀ ਬੱਚਿਆਂ ਨੂੰ ਵਾਲੀਬਾਲ ਦੇ ਨਾਲ ਜੋੜਿਆ ਬੁਲਾਰ ਸਿੰਘ ਜੀ ਕੋਚ। ਭਾਜੀ ਸਮੁੱਚੇ ਕਬੱਡੀ ਵਾਲੇ ਰੈਫਰੀ ਹੋ ਵੀ ਗਏ ਆ ਜੀ, ਜੇ ਕੋਈ ਰਹਿ ਗਿਆ ਲੈ ਲਓ ਜੀ। ਪਰਮਜੀਤ ਸਿੰਘ ਕੰਡੀਲਾ ਵੀ ਬੋਲਿਆ ਜੀ, ਪ੍ਰਭਜੀਤ, ਹਾਂਜੀ ਮੈਂ ਬੋਲਿਆ ਸੀ ਪ੍ਰਭਜੀਤ ਸਿੰਘ ਜੀ, ਹਾਂਜੀ। ਮਰੀਕ ਸਿੰਘ ਜੀ ਸਲਾਹਪੁਰ ਆ ਜਾਓ ਭਾਜੀ, ਮਰੀਕ ਸਿੰਘ ਜੀ ਸਲਾਹਪੁਰ ਵਾਲੇ ਵੀਰ ਜੀ ਆਓ, ਬੜਾ ਵੱਡਾ ਯੋਗਦਾਨ ਜੀ ਇਹਨਾਂ ਦਾ ਵੀ ਜੀ। ਮਰੀਕ ਸਿੰਘ ਜੀ ਸਲਾਹਪੁਰ ਵਾਲੇ, ਇਹ ਫੁੱਟਬਾਲ ਦੇ ਦੋਨੋਂ ਹੀ ਪ੍ਰਾਈਜ਼ ਲੈ ਰਹੇ ਜੀ ਆਪਣੇ, ਫੁੱਟਬਾਲ ਦੀਆਂ ਦੋਵੇਂ ਟੀਮਾਂ। ਹਾਂ ਇਹ ਨਿੱਕੇ ਦੇ ਪਿੰਡ ਖਜਾਲਾ ਜਿਹਨਾਂ ਗਰਾਊਂਡਾਂ ਬਣਾਈਆਂ ਜੀ ਇਹਨਾਂ ਨੇ, ਪਿੰਡ ਖਜਾਲਾ। ਹੋਰ ਬੋਲੋ ਜੀ, ਇੱਕ ਮਿੰਟ ਪਿੰਦਰ ਖਜਾਲਾ ਜੀ, ਫੁੱਟਬਾਲ ਫਸਟ ਜੀ। ਭਾਜੀ ਏ ਐਸ ਆਈ ਸੁਰਿੰਦਰ ਸਿੰਘ ਸੁੱਖਾ ਏ ਐਸ ਆਈ, ਉਹਦਾ ਵੀ ਕੋਈ ਨਾ ਕੋਈ ਇਨਾਮ ਲੈ ਲੇ ਆਪਣਾ ਲੈ ਲੇ ਜੀ, ਬਮਾਨ ਸਨਮਾਨ ਜਿਹੜਾ ਸੁਰਿੰਦਰ ਸਿੰਘ ਸੁੱਖਾ ਸਿਪਾਹੀ ਆਪਣਾ ਏ ਐਸ ਆਈ ਫੁੱਟਬਾਲ ਸੈਕਿੰਡ ਜੀ। ਸੁੱਖਾ ਵੀਰ ਜਿੱਥੇ ਵੀ ਹੋਵੇ ਉਹ ਵੀ ਲੈ ਲਵੇ। ਸਤਨਾਮ ਸਿੰਘ ਜੀ ਸਾਡੇ ਹੌਲਦਾਰ ਇੱਥੇ ਬੜੇ ਪੁਰਾਣੇ, ਇਹ ਬੜੇ ਮਿੱਤਰ ਆ ਜੀ, ਇਹ ਇਹਨਾਂ ਨੂੰ ਵੀ ਦਿਓ। ਸਤਨਾਮ ਸਿੰਘ ਜੀ ਸਾਡੇ ਹੌਲਦਾਰ ਜੀ ਇੱਥੇ, ਪ੍ਰਭ ਜੀ ਆਹ ਸੁੱਖੇ ਦਾ ਲਓ ਨਾਮ ਤੁਸੀਂ ਆਣ ਕੇ, ਸੁੱਖੇ ਦਾ ਪੈਸੇ ਲੈਣੇ ਆ ਪਰ ਕੋਈ ਗੱਲ ਨੀ, ਲੈਣੇ ਲੈਣੇ। ਕੇਵਲ ਸਿੰਘ ਜੀ ਇੱਕ ਸੁੱਖਾ ਏ ਐਸ ਆਈ ਦਾ ਆਪ ਪ੍ਰਭ ਜੀ ਨੂੰ ਦੇਣਾ ਉਹਨਾਂ ਦਾ ਆਓ ਜੀ। ਭਾਜੀ ਸਲਾਹਪੁਰ ਵਾਲੇ ਜੀ ਕਿੱਥੇ ਵੀਰ ਜੀ, ਹਾਂਜੀ ਉਹਨਾਂ ਦਿਓ ਜੀ। ਭਾਜੀ ਅਮਰੀਕ ਸਿੰਘ ਸਲਾਹਪੁਰ ਜੀ ਆ ਲਓ ਜੀ। ਸਰਦਾਰ ਜਗੀਰ ਸਿੰਘ ਜੀ ਡੁਬਈ ਵਾਲੇ ਮਹਾਰਾਜ ਟਰਾਂਸਪੋਰਟਰ ਸਾਹਿਬ, ਹੁਕਮ ਕਰੋ ਕਿਹਨੂੰ ਜੀ, ਸੁੱਖੇ ਨੂੰ ਦੇਣਾ ਜੀ। ਆਹ ਪ੍ਰਭ ਆ ਗਿਆ, ਦਵਾਓ ਤੁਸੀਂ ਆਹ ਪ੍ਰਭ ਜੀ, ਉਹ ਗਿਆ ਕਿਤੇ ਆ ਜੀ, ਦਿਓ ਦਿਓ ਆ ਜਾਓ ਮਹਾਰਾਜ, ਆ ਜਾਓ ਚੇਅਰਮੈਨ ਸਾਹਿਬ ਆਓ, ਉਹ ਦਿਓ ਸੁੱਖੇ ਦਾ ਜੀ, ਆ ਦਿਓ ਆ ਲਿਓ ਜੀ ਪ੍ਰਭ ਜੀ ਸੁੱਖੇ ਦਾ, ਆ ਜੇ ਆ ਨਾਮ ਆ ਸੁੱਖੇ ਦੀ ਚੇਅਰਮੈਨ ਸਾਹਿਬ ਜੀ, ਲੈਂਡ ਮਾਰਗੇਜ ਬੈਂਕ ਚੇਅਰਮੈਨ। ਮੈਂ ਬੋਲਿਆ ਜੀ ਚੇਅਰਮੈਨ ਸਾਹਿਬ ਜੀ, ਲੈਂਡ ਮਾਰਗੇਜ ਬੈਂਕ ਦੇ ਚੇਅਰਮੈਨ ਸਾਹਿਬ ਜੀ, ਇਹ ਪਿੰਡ ਖਜਾਲਾ ਜੀ ਤੇ ਇੱਕ ਪਿੰਕੂ, ਇਹ ਜਿੰਨਾ ਸਦਵਾ ਹਾਂਜੀ। ਸਤਨਾਮ ਸਿੰਘ ਜੀ ਜੋਗਾ ਸਿੰਘ ਜੀ ਮੁੜ ਕੇ ਰਹਿ ਨਾ ਜਾਇਓ, ਪੱਤਰਕਾਰ ਵੀਰਾਂ ਅੱਗੇ ਬੇਨਤੀ ਆ ਜੀ, ਉਹ ਨਾਰਾਜ਼ ਹੋ ਜਾਂਦੇ ਕੋਈ ਰਹਿ ਜੇ ਤੇ ਮਾਫੀ ਚਾਹੁੰਦੇ, ਉਹ ਵੀ ਲੈ ਲਓ। ਉਹ ਸ਼ਿਵ ਸਿੰਘ ਬਈ ਤੈਨੂੰ ਯੋਧੇ ਮਿਲ ਗਿਆ, ਸ਼ਿਵ ਸਿੰਘ ਯੋਧੇ ਤੇਰਾ ਵੀ ਬਹੁਤ ਬਹੁਤ ਧੰਨਵਾਦ। ਇੱਕ ਵੀਰ ਹੋਰ ਆਇਆ ਸੀ ਜਿਹਨੇ ਕਮੈਂਟਰੀ ਕੀਤੀ, ਉਹ ਤੇ ਚਲ ਗਿਆ ਨਾ, ਉਹਦਾ ਵੀ ਧੰਨਵਾਦ।
ਠੀਕ ਹੈ ਜੀ, ਲੈ ਗਏ ਜੀ, ਧੰਨਵਾਦ। ਇਹ ਭਗਤ ਨਾਮਦੇਵ ਸੇਵਾ ਸੋਸਾਇਟੀ ਜਿਹਨੇ ਲੰਗਰ ਦੀ ਸੇਵਾ ਕੀਤੀ ਆ ਜੀ, ਇਹ ਤਿੰਨ ਦਿਨ ਜਿਹੜੀ ਲੰਗਰ ਦੀ ਸੇਵਾ ਇੱਥੇ ਆਉਂਦਾ ਰਿਹਾ। ਭਗਤ ਨਾਮਦੇਵ ਸੇਵਾ ਸੋਸਾਇਟੀ ਦੇ ਸਾਰੇ ਮੈਂਬਰ ਸਾਹਿਬਾਨ ਜੇ ਆਉਣ ਕੋਈ ਤੇ ਉਹਨਾਂ ਨੂੰ ਬਾਅਦ 'ਚ ਅਸੀਂ ਦੇ ਦੇਵਾਂਗੇ ਸਾਰਿਆਂ ਨੂੰ ਇਕੱਠਿਆਂ ਨੂੰ। ਔਰ ਬਾਬਾ ਨਾਮਦੇਵ ਦਰਬਾਰ ਸਾਹਿਬ ਕਮੇਟੀ ਵੱਲੋਂ ਵੀ 15,000 ਰੁਪਇਆ ਉੱਥੋਂ ਲਿਆਂਦਾ ਗਿਆ ਜੀ। ਬਹੁਤ ਬਹੁਤ ਧੰਨਵਾਦੀ ਪ੍ਰਧਾਨ ਸਾਹਿਬ ਤਰਸੇਮ ਸਿੰਘ ਬਾਵਾ ਜੀ ਦੇ, ਮਨਜਿੰਦਰ ਸਿੰਘ ਬਿੱਟੂ ਜੀ ਦੇ, ਬਬਲੂ ਜੀ ਦੇ, ਗੁਰਚਰਨ ਸਿੰਘ ਜੀ ਬਾਵਾ ਜੀ ਦੇ, ਡਾਕਟਰ ਮੱਸਾ ਸਿੰਘ ਜੀ ਰਹਿ ਗਏ ਜੀ ਉਹਨਾਂ ਦਾ, ਡਾਕਟਰ ਮੱਸਾ ਸਿੰਘ ਚਾਲ ਬੜੀ ਸੇਵਾ ਨਿਭਾਉਂਦੇ ਜੀ, ਡਾਕਟਰ ਮੱਸਾ ਸਿੰਘ ਚਾਲ ਇਹਦਾ ਦਿਓ ਜੀ, ਮੱਸਾ ਸਿੰਘ ਚਾਲ ਦਾ ਦਿਓ ਜੀ ਇਹਨਾਂ ਅਕਾਲ ਦਰਬਾਰ। ਹੋਰ ਜੀ ਪ੍ਰਧਾਨ ਜੀ ਕੋਈ ਰਹਿ ਗਿਆ ਦੱਸ। ਬਹੁਤ ਬਹੁਤ ਧੰਨਵਾਦ ਜੀ ਜੈਦਾਰ ਸੁੱਚਾ ਸਿੰਘ ਜੀ ਲੰਗਾ, ਜ਼ਿਲ੍ਹਾ ਪ੍ਰਧਾਨ ਦੇਸ ਰਾਜ ਜੀ ਧੁੱਗਾ, ਮੁੱਖ ਪਾਰਲੀਮਾਨੀ ਸਕੱਤਰ ਹਰਦੇਵ ਸਿੰਘ ਜੀ ਰਿਆੜ, ਜਿੰਨੇ ਵੀ ਉਹਨਾਂ ਦੀ ਟੀਮ ਕਾਹਲੋ ਸਾਹਿਬ ਇੱਥੇ ਨਾਲ ਆਏ, ਸਾਰਿਆਂ ਦਾ ਪਹੁੰਚਣ ਦੇ ਬਾਬਾ ਨਾਮਦੇਵ ਸਪੋਰਟਸ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ। ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ, ਸਪੋਰਟਸ ਕਲੱਬ ਨੇ ਇਹ ਬੜਾ ਵੱਡਾ ਉਪਰਾਲਾ ਜਿਹੜਾ ਇਹ ਹਰ ਸਾਲ ਬਾਅਦ ਕਰਦੀ ਆ, NRI ਭਰਾਵਾਂ ਦੇ ਸਹਿਯੋਗ ਦੇ ਨਾਲ, ਸਾਰੇ NRI ਭਰਾਵਾਂ ਦਾ ਸਹਿਯੋਗ, ਬਹੁਤ ਬਹੁਤ ਇਹਨਾਂ ਸਾਰੇ ਭਰਾਵਾਂ ਦਾ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ। ਇੱਥੇ ਹੀ ਸਮਾਪਤੀ ਕਰਦੇ ਆ, ਬੋਲੋ ਸੋਨਹਾ ਸ੍ਰੀ ਅਕਾਲ, ਬੋਲੋ ਸ੍ਰੀ ਸਵਾਮੀ ਨਾਮਦੇਵ ਮਹਾਰਾਜ ਕੀ ਜੈ, ਕਿਉਂਕਿ ਉਹਨਾਂ ਦੇ ਨਾਂ ਤੇ ਸਾਰੀ ਇਹ ਟੂਰਨਾਮੈਂਟ ਚੱਲੀ ਆ, ਇਸ ਕਰਕੇ ਉਹਨਾਂ ਦਾ ਵੀ ਜ਼ਰੂਰੀ ਆ ਜੀ। ਧੰਨਵਾਦ ਜੀ ਸਾਰੀ ਸੰਗਤ ਦਾ, ਆਈ ਲਵ ਗੋਲਡੀ।